विधानसभा हलका अमृतसर उत्तरी का संपूर्ण विकास पहली प्राथमिकता है और इथे विकास कार्य तेजी नाल जारी हैं। यह विचार विधायक सुनील दत्ती ने रणजीत एवेन्यू बी ब्लॉक विखे श्री गुरु रामदास जी पार्क के विकास कार्यों का शुभारंभ करदिया सांझे किए। श्री दत्ती ने लोगों दी मुश्किलां सुनिया अते इन्हां दे हल दा भरोसा दिता। श्री दत्ती ने इलाके दे विकास कार्यों का जायजा भी लिया। श्रीमती जगीर कौर कॉन्स्टर हरपनदीप सिंह गौसला पंजाब कांग्रेस बीसी सैल दे कन्वीनर पाल सिंह बंबरा जसविंदर सिंह पाटिया सरबजीत सिंह मानक सिंह समेत कई लोग मौजूद सन। वार्ड नंबर 4 ਦੇ ਵਿੱਚ ਅਸੀਂ ਅੱਜ ਰਣਜੀਤ ਐਵਨਿਊ ਬੀ ਬਲਾਕ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਪਾਰਕ ਦੇ ਉਦਘਾਟਨ ਲਈ ਪਹੁੰਚੇ ਹਾਂ। ਜੋ ਵੀ ਕੰਮ ਕਹੇ ਗਏ ਉਹ ਕਰ ਦਿੱਤੇ ਗਏ ਨੇ ਔਰ ਹਰਪਨ ਔਜਲਾ ਜੀ ਦੀ ਇਹ ਵਾਰਡ ਆ 4 ਨੰਬਰ ਵਾਰਡ ਜੀ। ਡਿਵੈਲਪਮੈਂਟ ਦੇ ਵਿੱਚ ਕੋਈ ਕਿਸੇ ਜਗ੍ਹਾ ਕਮੀ ਨਹੀਂ ਆ। ਜਿੱਥੇ ਵੀ ਇਲਾਕੇ 'ਚ ਕਿਸੇ ਨੂੰ ਲੋੜ ਆ ਕੋਈ ਕੰਮ ਆ ਡਿਵੈਲਪਮੈਂਟ ਦਾ ਚਾਹੇ ਕੋਈ ਨਿੱਜੀ ਕੰਮ ਆ ਸਾਡੇ ਤੱਕ ਪਹੁੰਚੋ ਜਾਂ ਫੋਨ ਕਰੋ ਅਸੀਂ ਆਪ ਪਹੁੰਚਾਂਗੇ ਔਰ ਤੁਹਾਡੇ ਉਹ ਕੰਮ ਕਰਕੇ ਸ਼ੁਰੂ ਜਾਵਾਂਗੇ। ਇਹ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ। ਜਿਨ੍ਹਾਂ ਇਲਾਕਿਆਂ ਦੇ ਵਿੱਚ ਤੁਸੀਂ ਚਾਹੁੰਦੇ ਜੇ ਕਿ ਮੇਰੀ ਗਲੀ ਬਣਨ ਵਾਲੀ ਆ ਸੀਵਰੇਜ ਪੈਣ ਵਾਲਾ ਲਾਈਟਾਂ ਲੱਗਣ ਵਾਲੀਆਂ ਨੇ ਮੈਨੂੰ ਫੋਨ ਕਰੋ ਮੈਂ ਆਪ ਪਹੁੰਚ ਕੇ ਉਹ ਕੰਮ ਸ਼ੁਰੂ ਕਰਾਂਗਾ। ਮੈਂ ਇਹ ਬੇਨਤੀ ਕਰਦਾ ਕਿ ਮੈਨੂੰ ਫੋਨ ਕਰਕੇ ਜ਼ਰੂਰ ਆਪਣੇ ਇਲਾਕਿਆਂ 'ਚ ਬੁਲਾਓ ਔਰ ਆਪਣੇ ਕੰਮ ਸ਼ੁਰੂ ਕਰਾਓ ਜੀ। ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਵਿੱਚ ਅਸੀਂ ਕੋਈ ਵੀ ਡਿਵੈਲਪਮੈਂਟ ਦੀ ਕਮੀ ਨਹੀਂ ਰਹਿਣ ਦੇਣੀ ਚਾਹੁੰਦੇ। ਇੱਕ ਅੱਛੀ ਔਰ ਉੱਚੀ ਡਿਵੈਲਪਮੈਂਟ ਦੇਣਾ ਚਾਹੁੰਦੇ ਹਾਂ। ਨੌਰਥ ਹਲਕੇ ਦੇ ਵਿੱਚ ਜਿੱਥੇ ਸਪੋਰਟਸ ਪਾਰਕ ਬਣਨ ਲੱਗਾ ਬਹੁਤ ਵੱਡਾ, ਜਿੱਥੇ ਫੋਰੈਸਟ ਚੌਂਕ ਦੇ ਵਿੱਚ ਫਲਾਈਓਵਰ ਦੇਣ ਲੱਗੇ ਹਾਂ, ਉੱਥੇ ਅਸੀਂ ਨੌਰਥ ਹਲਕੇ ਨੂੰ CCTV ਕੈਮਰਾ ਨਾਲ ਕਵਰ ਕਰਨ ਲੱਗੇ ਹਾਂ। LED ਲਾਈਟ ਨਾਲ ਸਾਰੀਆਂ ਜਿੰਨੀਆਂ ਲਾਈਟ ਨੇ ਚੇਂਜ ਕਰਕੇ ਔਰ ਉਹ ਖੂਬਸੂਰਤੀ ਆਪਣੇ ਨੌਰਥ ਹਲਕੇ ਨੂੰ ਦੇਣਾ ਚਾਹੁੰਦੇ ਹਾਂ। ਪਾਰਕਾਂ ਬਹੁਤ ਜ਼ਰੂਰੀ ਨੇ, ਜਿਸ ਤਰ੍ਹਾਂ ਮੇਰੇ ਬੇਟੇ ਦਿੱਤੀ ਨੇ ਦੱਸਿਆ ਹੈ ਕਿ ਹੁਣ ਇੱਕ ਬਹੁਤ ਵੱਡਾ ਗਰਾਊਂਡ ਬਣਾਉਣ ਜਾ ਰਹੇ ਹਾਂ। ਗਰਾਊਂਡ ਦੇ ਵਿੱਚ ਵੀ ਸਾਨੂੰ ਬਹੁਤ ਜ਼ਰੂਰੀ ਹੈ। ਗਰਾਊਂਡਾਂ ਜਿੱਥੇ ਨਹੀਂ ਉੱਥੇ ਓਲੰਪਿਕਸ ਦੀ ਅਤੇ ਏਸ਼ੀਅਨ ਗੇਮਸ ਦੀ ਪਨੀਰੀ ਨਹੀਂ ਪੈਦਾ ਹੁੰਦੀ। ਅਤੇ ਜੇ ਅਸੀਂ ਬੱਚਿਆਂ ਨੂੰ ਅਸੀਂ ਮਤਲਬ ਵਧੀਆ ਸਿਹਤ ਦੇਣਾ ਚਾਹੁੰਦੇ ਹਾਂ, ਲੋਕਾਂ ਨੂੰ ਖੁਸ਼ ਵੇਖਣਾ ਚਾਹੁੰਦੇ ਹਾਂ ਤਾਂ ਪਾਰਕਾਂ ਜ਼ਰੂਰੀ ਨੇ, ਬਹੁਤ ਜ਼ਰੂਰੀ ਨੇ ਪਾਰਕਾਂ, ਹਰੀਆਂ ਹਰੀਆਂ ਪਾਰਕਾਂ, ਇਹਨਾਂ ਨੂੰ ਮੇਨਟੇਨ ਕਰਕੇ ਰੱਖਿਆ ਜਾਵੇ। ਮੈਂ ਬਹੁਤ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ, ਸਾਡੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਦਾ, ਸਾਡੇ MLA ਸਾਹਿਬ ਸੁਨੀਲ ਦੱਤੀ ਜੀ ਦਾ ਅਤੇ ਮੇਅਰ ਕਮਲਜੀਤ ਰਿੰਟੂ ਜੀ ਦਾ। ਜਿੱਦਾਂ ਕਿ ਅਸੀਂ ਨੌਰਥ ਹਲਕੇ ਦੇ ਜ਼ੋਰਾਂ 'ਚ ਕੰਮ ਚੱਲਣ ਦੇ ਸੀ, ਅੱਜ ਇੱਕ ਗੁਰੂ ਰਾਮਦਾਸ ਪਾਰਕ ਦੀ ਵੀ ਡਿਮਾਂਡ ਹੈਗੀ ਸੀ ਕਿ ਹੱਟ ਬਣਾਉਣੀ ਆ, ਪੇਂਟ ਕਰਾਉਣਾ ਵਾ।